ਅਸਲਾਮੁਅਲੈਕੁਮ ਜੀ। ਵਾਲੇਕੁਮ ਅਸਲਾਮ ਜੀ। ਆਪਣਾ ਹਾਈ ਸਾਹਿਬ, ਤੁਸੀਂ ਮਸ਼ੀਨਾਂ ਤੇ ਸਾਰੀਆਂ ਵੇਚਤੀਆਂ ਵਾ ਤੇ ਹੁਣ ਗਾਹਕਾਂ ਨੂੰ ਕੀ ਦੇਣਾ ਜੀ? ਅੱਲਾ ਦੀ ਰਹਿਮਤ ਹੋਵੇ ਨਾ ਤੇ ਗਾਹਕ ਜਿਹੜੇ ਉਹਨਾਂ ਦੇ ਦਿਲ ਦੇ ਵਿੱਚ ਅੱਲਾ ਤਾਲਾ ਗੱਲ ਪਾ ਦਿੰਦਾ ਵਾ ਕਿ ਇੱਥੋਂ ਚੀਜ਼ ਸਹੀ ਲੱਭਣੀ ਹੈ। ਜੀ ਜੀ। ਗੱਲ ਇਹ ਨਹੀਂ ਵੀ ਮਾਲ ਪਿਆ ਹੋਵੇ ਤੇ ਫਿਰ ਅਗਲੇ ਲੈਂਦੇ, ਇਹ ਅੱਲਾ ਦੀ ਰਹਿਮਤ ਦੇ ਸਾਰੇ ਕੰਮ ਹੈਗੇ ਆ ਕਿ ਮਾਲ ਤਿਆਰ ਨਹੀਂ ਗਾ ਤੇ ਗਾਹਕ ਜਿਹੜੇ ਕਹਿੰਦੇ ਨੇ ਕਿ ਭਾਜੀ ਤੁਸੀਂ ਪੈਸੇ ਸਾਡੇ ਕੋਲ ਹੋਵੋ ਤੇ ਸਾਨੂੰ ਤੁਸੀਂ ਬੁੱਕ ਕਰਾ ਦਿਓ, ਤੇ ਉਹ ਇਨਸ਼ਾਅੱਲਾ ਤਾਲਾ ਅਸੀਂ ਇਹਨਾਂ ਦਾ ਮਾਲ ਬੁੱਕ ਕਰਾਉਣਾ। ਨਾਲ ਉਹਨਾਂ ਨੇ ਇੱਕ ਹੋਰ ਫਾਇਦਾ ਕੀਤਾ, ਉਹਨਾਂ ਕਿਹਾ ਅੱਜ ਨਾ ਕਰਾਓ ਤੁਸੀਂ ਕੱਲ ਨੂੰ ਕਰਾ ਦਿਓ ਬੇਸ਼ੱਕ। ਠੀਕ ਹੈ। ਹਾਂਜੀ ਭਾਈ ਜਾਨ ਦੱਸੋ। ਭਾਈ ਜੀ ਅਸਾਂ ਸਾਰਾ ਬਾਜ਼ਾਰ ਫੇਰਿਆ। ਅੱਛਾ ਜੀ। ਸਾਨੂੰ ਇਹੋ ਜਿਹਾ ਮਸ਼ੀਨ, ਇਹੋ ਜਿਹੀ ਗਰਾਰੀਆਂ, ਇਹੋ ਜਿਹੇ ਲੱਟਾਂ ਨਹੀਂ ਮਿਲੀਆਂ। ਅੱਛਾ ਜੀ। ਜੀ ਆ ਜੀ। ਲੱਟਾਂ ਇੱਕ ਤੋਂ ਸਟੀਲ ਦੀਆਂ ਨਹੀਂ ਹੈ। ਜੀ ਜੀ। ਲੱਟਾਂ ਸਟੀਲ ਦੀਆਂ, ਗਰਾਰੀਆਂ ਜਾਪਾਨੀ। ਜੀ ਜੀ। ਅੱਜ ਉਹਨਾਂ ਕਿਹਾ ਜਾਪਾਨੀ ਗਰਾਰੀਆਂ ਲਾ ਕੇ ਦੇਵਾਂਗੇ। ਬਿਲਕੁਲ ਜੀ, ਉਹ ਵੀ ਲੱਗਣਗੇ। ਬਾਕੀ ਅੱਜ ਉਹਨਾਂ ਗਰੰਟੀ 10 ਸਾਲ ਦਿੱਤੀ ਹੈ ਜੀ। ਠੀਕ ਹੋ ਗਿਆ ਜੀ। ਕੋਈ ਗਰੰਟੀ ਨਹੀਂ ਦਿੰਦਾ, ਕੋਈ 1 ਸਾਲ, ਕੋਈ 6 ਮਹੀਨੇ। ਸਹੀ ਹੈ। ਇਸ ਵਜ੍ਹਾ ਤੋਂ ਬਾਕੀ ਅੱਜ ਉਹਨਾਂ ਜਨਾਬ ਆ ਬਿੱਲ ਬਣਾਇਆ। ਠੀਕ ਹੈ। ਮਸ਼ੀਨ ਮੈਂ ਅੱਜ ਉਹਨਾਂ ਤੋਂ ਖਰੀਦ ਲਈ ਹੈ। ਠੀਕ ਹੋ ਗਿਆ ਜੀ। ਠੀਕ ਹੋ ਗਿਆ। ਇਹ ਮੇਰਾ ਬੱਚਾ ਹੈ। ਜੀ ਜੀ। ਅਸੀਂ ਜੇਲਮ ਤੋਂ ਆਇਆ ਜੀ। ਠੀਕ ਹੋ ਗਿਆ। ਠੀਕ ਹੋ ਗਿਆ। ਇਨਸ਼ਾਅੱਲਾ ਜੀ ਅੱਜ ਉਹਨਾਂ ਉੱਥੇ ਵੀ ਨਾਂ ਲਵਾਂਗੇ, ਉੱਥੇ ਵੀ ਰਿਕਾਰਡ ਬਣਾਵਾਂਗੇ। ਚਲੋ ਜੀ। ਮੈਂ ਚੀਜ਼ ਅੱਜ ਉਹਨਾਂ ਕੋਲ ਲਿਆਂਦੀ ਆ। ਮਿਹਰਬਾਨੀ, ਸ਼ੁਕਰੀਆ ਸਰ, ਬਹੁਤ ਬਹੁਤ। ਹਰ ਪਰੇਸ਼ਾਨੀ ਦਾ ਹੱਲ ਹੱਥ ਵਿੱਚ ਆ। ਹਰ ਪਰੇਸ਼ਾਨੀ ਦਾ ਹੱਲ ਜਾਂ ਹਈਓ ਜਾਂ ਕਈ ਯੂਮ ਬ੍ਰਹਮ ਤੇ ਕਾਸਤਾ ਗਈ। ਅਸਲਾਮੁਅਲੈਕੁਮ। ਵਾਲੇਕੁਮ ਸਲਾਮ।